बुध पूर्णिमा ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਤੁਮਦਾਮ ਨਾਲ ਮਨਾਇਆ ਜਾ ਰਿਹਾ ਹੈ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਲੋਕ ਜਲ ਤੀਰਥ ماں ਗੰਗਾ ਦੇ ਤਟਾਂ ਤੇ ਆਸtha ਦੀ ਡੁੱਬਗੀ ਲਗਾ ਕੇ ਪੁੰਨ ਕਮਾ ਰਹੇ ਨੇ। શ્રી ਅਯੁੱਧਿਆ ਥਾਮ ਚ ਭਗਵਾਨ ਰਾਮ ਲੱਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਚ ਲੋਕ ਪਹੁੰਚੇ ਨੇ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਸਾਰਨਾਥ ਦੇ ਮੂਲ ਕੰਦ ਕੂਟੀ ਵਿਹਾਰ ਮੰਦਿਰ ਚ ਸ਼ਰਧਾਲੂਆਂ ਤੇ ਬੋਧੀਆਂ ਦੀ ਭਾਰੀ ਢੇਰ ਇਕੱਠੀ ਹੋਈ ਹੈ। ਨਾਲ ਹੀ ਵੱਡੀ ਗਿਣਤੀ ਚ ਸ਼ਰਧਾਲੂ ਰਾਮ ਮੰਦਿਰ ਦੇ ਦਰਸ਼ਨਾਂ ਲਈ ਚਿਨੀ ਪ੍ਰਗਿਆਜ ਵਿੱਚ ਸ਼ਰਧਾਲੂਆਂ ਨੇ ਸੰਗਮ ਚ ਪਵਿੱਤਰ ਡੁਬਕੀ ਲਗਾਈ ਵਾਰਾਨਸੀ ਚ ਵੀ ਲੋਕਾਂ ਨੇ ਮਾਂ ਗੰਗਾ ਚ ਪਵਿੱਤਰ ਇਸ਼ਨਾਨ ਕੀਤਾ ਹਰੀਦਵਾਰ ਉਤਰਾਖੰਡ ਵਿੱਚ ਸ਼ਰਧਾਲੂਆਂ ਨੇ ਪਵਿੱਤਰ ਡੁਬਕੀ ਲਗਾਈ